ਕਹਿੰਦੇ ਮਾਈ ਭਾਗੋ ਵਾਂਗੂ ਕੋਈ ਲੜੀ ਨਾ, ਮਦਾਨ ਮਾਤਾ ਗੁਜਰੀ ਦੇ ਵਾਂਗੂ ਕਿਸੇ ਲਾਲਾ ਨੂੰ ਪੜਾਉਣਾ ਨਹੀਂ, ਬੰਦਾ ਸਿੰਘ ਬਹਾਦਰ ਵਾਂਗੂ ਜਾੜੀ ਨਾ ਸਰਹੱਦ ਕਿਸੇ, ਬਾਬੇ ਦੀਪ ਸਿੰਘ ਵਾਂਗੂ ਸੀਸ ਤਲੀ ਤੇ ਟਿਕਾਉਣਾ ਨਹੀਂ। ਤੁਹਾਡੇ ਸਾਹਮਣੇ ਅੱਜ ਬੰਦਾ ਸਿੰਘ ਬਹਾਦਰ ਦੀ ਥੋੜੀ ਜੀ ਪੇਸ਼ਕਸ਼ ਲੈ ਕੇ ਆਏ ਆ ਸਰਦਾਰ ਜਗਤ ਸਿੰਘ ਗੱਤਕਾ ਅਕੈਡਮੀ ਗੁਰੂ ਸਾਹਿਬ ਤੋਂ। ਗੱਤਕਾ 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 ਤੇ ਸਰਹੰਦ ਦੀ ਦੀਵਾਰ ਨੂੰ ਤੱਕੋ, ਗੁਰੂ ਦੇ ਲਾਡਿਓ ਦਸਮੇਸ਼ ਪਿਤਾ ਦੀ ਛਾਤੀ ਚ ਖੋਬੇ ਖੰਜਰ ਨੂੰ ਦੇਖ ਰਹੇ ਹੋ। ਖਾਲਸਾ ਜੀ, ਜੇ ਕੋਈ ਮੁਗਲ ਸੈਨਿਕ ਭੱਜਣਾ ਚਾਹੇ ਤਾਂ ਮੌਕਾ ਦਿਓ, ਪਰ ਤਹੱਈਆ ਕਰੋ ਕਿ ਵਜ਼ੀਰ ਖਾਨ ਬਚ ਕੇ ਨਾ ਨਿਕਲੇ। ਸ਼ੇਰ ਮੁਹੰਮਦ ਖਾਨ, ਕਾਫਰ ਬੰਦਾ ਪਹਿਲਾਂ ਹੀ ਮੋਰਚਾ ਬੰਦੀ ਕਰੀ ਬੈਠਾ, ਏਦਾਂ ਹੀ ਇਹਦੇ ਗੁਰੂ ਨੇ ਕੀਤਾ ਸੀ। ਖਿਦਰਾਣੀ ਦੀ ਜੰਗ ਵੇਲੇ ਟਾਪ ਤੇ ਕਬਜ਼ਾ ਕਰ ਲਿਆ ਸੀ। ਨਵਾਬ ਸਾਹਿਬ, ਲੜਨ ਲਈ ਅਸਲਾ ਵੀ ਚਾਹੀਦਾ ਤੇ ਸਿਖਲਾਈ ਵੀ। ਭੀੜ ਨੇ ਫੌਜ ਥੋੜੀ ਬਣ ਜਾਣਾ। ਸੁੱਚਾ ਆਨੰਦ, ਆਪਣੇ ਭਤੀਜੇ ਗੰਡਾ ਮਲ ਨੂੰ ਸਮਝਾ ਦਿੱਤਾ ਸੀ ਨਾ ਚੰਗੀ ਤਰ੍ਹਾਂ? ਫਿਕਰ ਨਾ ਕਰੋ ਨਵਾਬ ਸਾਹਿਬ, ਜੰਗ ਜਦੋਂ ਸਿਖਰ ਤੇ ਪਹੁੰਚੀ ਉਦੋਂ ਰੰਗ ਦਿਖਾਏਗਾ ਗੰਡਾ ਮਲ। ਦਲੇਰ ਸਿਆਂ, ਸਾਨੂੰ ਸਭ ਤੋਂ ਪਿੱਛੇ ਕਿਉਂ ਕੀਤਾ? ਆ ਗੰਡਾ ਮਲ ਤੋਂ ਵੀ ਪਿੱਛੇ?